ਸਾਰੇ ਭਲੀ ਭਾਂਤ ਜਾਣਦੇ ਹੋ ਵੀ ਸਰਕਾਰ ਦਾ ਜਿਹੜਾ ਰਵੱਈਆ ਬਿਲਕੁਲ ਉਹੀ ਹੈ ਜੋ ਪਹਿਲੇ ਦਿਨ ਤੋਂ ਸੀ, ਕਿਉਂਕਿ ਜੇ ਇਹ ਕਿਸੇ ਜੋਗੇ ਹੁੰਦੇ ਤਾਂ ਇੰਨੀ ਵੱਡੀ ਘਟਨਾ ਹੁਣੋਂ ਵੀ ਬਚ ਸਕਦੀ ਸੀ, ਪਰ ਹੋ ਗਈ ਹੈ। ਪਰ ਉਸਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੈ ਕਿਸੇ ਗੱਲ। ਸਾਰਾ ਦਾਰੋ ਮਦਾਰ ਹੀ ਲੱਗਦਾ ਵੀ ਜੇਲ੍ਹਾਂ ਦੇ ਉੱਤੇ ਡਿਪੈਂਡ ਹੋ ਗਿਆ। ਸਰਕਾਰ ਵੀ ਰਲੀ ਨਜ਼ਰ ਆਉਂਦੀ ਹੈ। ਸਰਕਾਰ ਮੈਂ ਤਾਂ ਕਹਿ ਦਿੰਦਾ, ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਨਾਲ, ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ, ਔਰ ਸੂਬੇ ਦੀ ਬਾਗਡੋਰ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ। ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ। ਅਦਰਵਾਈਜ਼ ਆਪਣਾ ਸਰਕਾਰ ਨਾਲ ਕੋਈ ਸ਼ਿਕਵਾ ਨਹੀਂ ਸੀ। ਜਿਹੜੀ ਬਣਦੀ ਜ਼ਿੰਮੇਵਾਰੀ ਹੈ, ਜਦੋਂ ਉਹ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ। ਤੁਸੀਂ ਵੇਖਿਆ ਹੋਣਾ ਪਿਛਲੇ ਹਫ਼ਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ। ਜੇ ਕਿਤੇ ਮਾਨਯੋਗ ਅਦਾਲਤ ਨਾ ਇੰਨਾ ਕੁ ਸਤਰਕ ਹੁੰਦੀ ਤਾਂ ਆਪਾਂ ਨੂੰ ਇਹਨਾਂ ਨੇ ਤਾਂ ਰੋਲ ਹੀ ਦੇਣਾ ਸੀ। ਬਿਲਕੁਲ, ਦੋ ਵਾਰ ਹਾਈ ਕੋਰਟ ਨੇ ਸੋ ਮੋਟੋ ਐਕਸ਼ਨ ਲੈ ਲਿਆ। ਪਹਿਲੀ ਵਾਰ ਲਿਆ, ਇਹਨਾਂ ਨੇ ਕਮੇਟੀ ਬਣਾਤੀ ਵੀ ਜਾਂਚ ਕਰਦੇ ਹਾਂ ਜੀ, ਵੀਡੀਓ ਬਣੀ ਕਿੱਥੇ ਹੈ। 8 ਮਹੀਨੇ ਸੌਂ ਗਏ ਬਣਾ ਕੇ ਕਮੇਟੀ, ਕਿਉਂਕਿ ਰਿਪੋਰਟ ਦੇਣੀ ਨਹੀਂ ਹੈ, ਉਹ ਫਾਈਲਾਂ ਦੇ ਅੰਦਰ ਹੀ ਦੱਬ ਜਾਣੀ ਸੀ ਸਾਰੀ। ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ 'ਚ ਆਈ ਗੱਲ ਵੀ ਯਾਰ, ਇੱਕ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ, ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ। ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਵੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ, ਉਹਦੀ ਰਿਪੋਰਟ ਨਹੀਂ ਹਾਲੇ ਤੱਕ ਦਿੱਤੀ, ਦੇ ਦਿਓ। ਕੌਣ ਝੂਠਾ ਹੈ ਕੌਣ ਸੱਚਾ ਪਤਾ ਲੱਗ ਜੇ, ਪਰ ਨਹੀਂ ਦਿੱਤੀ, ਹਾਲੇ ਤੱਕ ਵੀ ਨਹੀਂ ਦਿੱਤੀ। ਬਾਵਜੂਦ ਕਹਿਣ ਦੇ ਇਹ ਕਹਿਤਾ ਵੀ ਇੱਕ ਵੀਡੀਓ ਤਾਂ ਰਾਜਸਥਾਨ 'ਚ ਬਣੀ ਹੀ ਲੱਗਦੀ ਹੈ, ਹੋ ਸਕਦੀ ਹੈ ਬਣੀ ਹੋਈ, ਕਨਫਰਮ ਨਹੀਂ ਹੈ ਵੀ ਬਣੀ ਹੈ, ਜਾਂ ਫਲਾਨੇ ਅਫਸਰ ਜਾਂ ਫਲਾਨੇ ਕਰਮਚਾਰੀ ਇਹਦੇ 'ਚ ਜ਼ਿੰਮੇਵਾਰ ਨੇ, ਉਵੇਂ ਨਹੀਂ, ਹੋ ਸਕਦੀ ਹੈ। ਔਰ ਸਰਕਾਰ ਦੀ ਬੇਈਮਾਨੀ ਦੇਖੋ, ਇਹਨਾਂ ਦਾ IT ਸੈੱਲ ਦੇਖੋ ਕਿੰਨੀਆਂ ਖੇਡਾਂ ਖੇਡਦਾ ਤੁਹਾਡੇ ਲੋਕਾਂ ਦੇ ਨਾਲ, ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ, ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ ਰਾਜਸਥਾਨ 'ਚ ਬਣੀ ਹੈ ਇੱਕ ਫਿਲਮ। ਤਾਂ ਦੇਖੋ ਜੀ, ਸਿੱਟ ਨੇ ਜਾਂਚ ਕਰਤੀ, ਇੱਕ ਤਾਂ ਰਾਜਸਥਾਨ 'ਚ ਬਣੀ ਹੈ, ਲੋਕਾਂ ਦੇ ਵਿੱਚ ਭੁਲੇਖਾ ਪਾਤਾ, ਪਿੱਛੇ ਲਿਖਤਾ ਸਿੱਟ। ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ ਰਾਜਸਥਾਨ 'ਚ ਬਣੀ ਹੈ, ਕਰੋ ਜਨਤਾ ਦੇ ਸਾਹਮਣੇ। ਕੇਵਲ ਅਤੇ ਕੇਵਲ ਝੂਠ, ਲੋਕਾਂ ਨੂੰ ਐਂ ਲੱਗੇ ਵੀ ਸਿੱਟ ਨੇ ਕੰਮ ਕਰਤਾ। ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਂ ਪੜ੍ਹ ਕੇ, ਇਹ ਤਾਂ ਕਰੀਬ ਇਹਨਾਂ ਦਾ ਦੇਤਾ ਵੀ ਰਾਜਸਥਾਨ 'ਚ ਬਣੀ ਹੈ ਇੱਕ, ਪਰ ਕੁਛ ਵੀ ਨਹੀਂ, ਸਾਰਾ ਝੂਠ ਤਾਂ ਪਲੰਦਾ। ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਹੈ ਐਡਾ, ਕਿਉਂ ਅਸੀਂ 8 ਮਹੀਨਿਆਂ ਦੀ ਵੀਡੀਓ ਕਰੀ ਜਾਂਦੇ ਹਾਂ। ਵੀਰੋ, ਸਾਡੇ ਮੁਲਕ ਦੀਆਂ ਜੇਲ੍ਹਾਂ ਦਾ ਇਹ ਹਾਲ ਹੋ ਗਿਆ, ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ, ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ, ਨਸ਼ਾ ਵੇਚਣਾ, ਤਾਂ ਤੁਹਾਡੇ ਲਈ ਜੇਲ੍ਹ ਤੋਂ ਵੱਧ ਸੇਫ ਜਗ੍ਹਾ ਕਿਤੇ ਨਹੀਂ। ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ,
ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਪਿਛਲੇ ਹਫ਼ਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ੍ਹ ਲਓ ਤਾਂ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ 2 ਫੋਨਾਂ ਦੇ ਉੱਤੇ 43,000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ। 2.25 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ ਦੇਣ ਹੋ ਗਿਆ, 2.25 ਕਰੋੜ ਰੁਪਈਆ। ਖੜ੍ਹੇ ਹੋਊਗੇ ਵੱਡੇ ਵੱਡੇ ਬਿਜ਼ਨਸਮੈਨ ਇੱਥੇ, ਕੋਈ 50 ਲੱਖ ਤੋਂ ਵੱਧ ਜਾਂ ਕੋਈ ਟਰਨਓਵਰਾਂ ਕਰਕੇ ਦੇਖੋ ਵੀ 2.25 ਲੱਖ ਰੁਪਈਆ ਖਾਤੇ 'ਚ ਐਂਟ ਪਾਉਣਾ ਕਿੰਨਾ ਔਖਾ ਹੈ। 100 ਰੁਪਈਆ ਨਹੀਂ ਲੁੱਟਦਾ ਅੱਜ ਕੱਲ੍ਹ, ਔਨਲਾਈਨ ਜ਼ਮਾਨਾ ਸਾਰਾ। ਫਿਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ, ਉੱਥੇ ਤਾਂ ਜੈਮਰ ਲੱਗਿਆ ਹੋਇਆ ਜੀ, ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ, ਸਭ ਕੁਛ ਹੁੰਦਾ। ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ, ਕੈਦੀ ਆਪਦਾ ਫੋਨ ਨਹੀਂ ਰੱਖਦੇ ਕੋਲ, ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ। ਇਹ ਐਡੇ ਛਾਤਰ ਨੇ, ਇਹ ਫੋਨ ਨੂੰ ਉਂਗਲਾਂ ਵੀ ਨਹੀਂ, ਫਿੰਗਰ ਪ੍ਰਿੰਟ ਆ ਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ, ਦੂਜਾ ਬੰਦਾ ਹੀ ਫੜ ਕੇ ਕੰਨ ਨਾਲ ਲਾਉਂਦਾ। ਪੁੱਤ ਨੂੰ ਮਾਰ ਕੇ ਮੁਬਾਰਕਾਂ ਦਿੰਦਾ, ਮੁਬਾਰਕਾਂ ਭਰਾ ਗਿਆਨੀ ਗੱਡੀ ਚਾੜ੍ਹਤਾ, ਉਹ ਤਿਹਾੜ ਜੇਲ੍ਹ ਦੇ ਅੰਦਰ ਗੱਲ ਹੋ ਜਾਂਦੀ ਹੈ। ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ, ਪਰੰਤੂ ਮੈਂ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਕਰਨੀਆਂ, ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ। ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ, ਮੇਰਾ ਜਹਾਨੋਂ ਚਲਾ ਗਿਆ, ਮੈਨੂੰ ਨਹੀਂ ਮਿਲਣਾ। ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ, ਇਹਨਾਂ ਤੋਂ ਸਿਆਣੇ ਹੋ ਜਾਓ, ਨਹੀਂ ਨੁਕਸਾਨ ਤੁਸੀਂ ਵੀ ਖਾਵੋਗੇ, ਮੈਂ ਖਾ ਲਿਆ, ਬਚਣੇ ਤੁਸੀਂ ਵੀ ਨਹੀਂ। ਇਹ ਲੋਕ, ਇਹ ਰਾਜਨੀਤਿਕ ਲੋਕ ਜਿਹੜਿਆਂ ਨੂੰ ਤੁਸੀਂ ਚੁਣ ਕੇ ਭੇਜਦੇ ਹੋ, ਇਹਨਾਂ ਨੂੰ ਜਵਾਬਦੇਹ ਬਣਾਓ। ਪੋਹ ਦਾ ਮਹੀਨਾ, ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਛ ਨਹੀਂ ਸਿੱਖਾਂਗੇ ਤਾਂ ਸਾਡੇ ਪੱਲੇ ਕੁਛ ਨਹੀਂ ਵੀਰੋ। ਸਾਡਾ ਇਤਿਹਾਸ, ਸਾਡੇ ਪੁਰਖੇ ਸਾਨੂੰ ਸੱਚ 'ਤੇ ਲੜਨਾ ਵੀ ਸਿਖਾਉਂਦੇ ਆ, ਪਰ ਹੁਣ ਸਾਡੀ ਨਸਲ ਕੁਸ਼ੀ ਹੋਣ ਲੱਗ ਗਈ। ਹੁਣ ਤੁਸੀਂ ਕਹੋਗੇ ਜੇਲ੍ਹਾਂ ਦੇ ਵਿੱਚ ਕੀ ਹੈ, ਜੇ ਜੇਲ੍ਹਾਂ 'ਚ ਫੋਨ ਚੱਲਣਗੇ ਉੱਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇਟ 'ਤੇ ਬੈਠਣਗੀਆਂ, ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ, ਤੁਹਾਡੀਆਂ ਕੁੱਖਾਂ 'ਚ ਪਲਣ ਵਾਲੇ ਬੱਚੇ ਤੁਹਾਡੀ ਨਸਲ ਨਹੀਂ ਹੋਣਗੇ। ਇਹਨਾਂ ਚੀਜ਼ਾਂ 'ਤੇ ਝਾਤ ਮਾਰਿਓ, ਇਹ ਇਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਹੈ। ਇਹਦੇ 'ਤੇ ਤੁਹਾਨੂੰ ਇੱਕਦਮ ਇਕੱਠੇ ਹੋਣਾ ਪੈਣਾ, ਤੁਹਾਨੂੰ ਆਪਦੀ ਸੋਚ 'ਤੇ ਵਿਚਾਰ ਕਰਨਾ ਪੈਣਾ। ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ, ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਦੀਆਂ, ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ। ਹੁਣ ਇਹ ਸਾਡੇ 'ਚ ਦੁਬਾਰੇ ਹਰੀ ਸਿੰਘ ਨਲੂਆ ਜਾਂ ਬਾਬਾ ਦੀਪ ਸਿੰਘ ਦਾ ਅੰਸ ਜੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ। ਤਾਂ ਇਸ ਚੀਜ਼ ਨੂੰ ਤੁਸੀਂ ਆਹ ਹੁਣ ਜਦੋਂ ਪਰਚੀਆਂ ਸਿੱਟੋਗੇ ਨਾ, ਉਦੋਂ ਥੋੜ੍ਹਾ ਜਿਹਾ ਵਿਚਾਰ ਲਓ ਇਸ ਗੱਲ ਨੂੰ। ਮੈਂ ਕੋਈ ਲੀਡਰ ਨਹੀਂ ਹਾਂ, ਨਾ ਮੈਂ ਤੁਹਾਡੇ ਇਲਾਕੇ 'ਚ ਆ ਕੇ ਐਮ ਐਲ ਏ ਖੜ੍ਹਾ ਹੋਣਾ ਹੈ ਕਿ ਮੈਨੂੰ ਚੁਣ ਲਿਓ ਤੁਸੀਂ, ਮੈਂ ਬੜਾ ਚੰਗਾ, ਬੜਾ ਚੰਗਾ ਜੀ। ਮੈਂ ਕਦੇ ਵੀ ਨਹੀਂ ਆਪਦੀ ਤਾਰੀਫ ਕੀਤੀ, ਪਰੰਤੂ ਕੁਛ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ, ਕਈ ਤਾਂ ਮੈਨੂੰ ਬੇਵਕੂਫ ਤੱਕ ਵੀ ਕਹਿ ਦਿੰਦੇ ਆ। ਠੀਕ ਹੈ ਵੀ ਹੈਗਾ, ਜਿਹਨੇ ਆਪਦਾ ਸ਼ੇਰ ਸ਼ਾਹ ਪੁੱਤ ਮਰਵਾ ਲਿਆ ਉਹਦੇ ਜਿੱਡਾ ਬੇਵਕੂਫ ਕੌਣ ਹੈ, ਤੁਹਾਡੀਆਂ ਗੱਲਾਂ 'ਤੇ ਯਕੀਨ ਕਰਕੇ। ਉਹ ਮੇਰੇ ਕੋਲ 25 ਲੱਖ ਬੰਦਾ ਸੀ ਇੱਥੇ, ਜਿੱਦਾਂ ਮੇਰੇ ਪੁੱਤ ਦੀ ਅਸਥੀ ਅਰਥੀ ਮੇਰੇ ਵਿਹੜੇ 'ਚ ਪਈ ਸੀ, ਚਾਹੁੰਦਾ ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ। ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ, ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ, ਕਿਸੇ ਦਾ ਹੋਰ ਕਿਉਂ ਉਜਾੜਦਾ। ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ,
ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ, ਮੁੜ ਕੇ ਤੇਰੇ ਤੋਂ ਹਾਲਾਤ ਸਾਂਭੇ ਨਹੀਂ ਜਾਣੇ। ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰ, ਕਰਨ ਮੈਂ ਸਾਰਾ ਕੁਝ ਜਾਣਦਾ ਸੀ। ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮਾੜੀ ਸਾਹਿਬ ਦੀ, ਤਾਂ ਅਗਲਿਆਂ ਨੇ ਨਾਸੀ ਧੂੰਆਂ ਲਿਆ ਤਾ ਸਰਕਾਰ ਦੇ ਕਰ ਨੂੰ, ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜ੍ਹੀ ਨਹੀਂ ਸੀ, ਉਹਦੇ ਭਰਾਵਾਂ ਵਾਂਗੂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਨਾਂ ਦੇਣ ਲਈ ਤਿਆਰ ਖੜ੍ਹੇ ਸੀ, ਪਰੰਤੂ ਮੈਂ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਈ ਨਹੀਂ, ਮੈਂ ਆਪਦਾ ਮਰਵਾ ਲਿਆ। ਮੈਂ ਕਿਸੇ ਦੇ ਹੋਰ ਦਾ ਉਹੋ ਜਿਹਾ ਹਸ਼ਰ ਹੋਇਆ ਨਹੀਂ ਵੇਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ, ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰ ਬੈਠੇ ਜੱਟ ਨੂੰ, ਸਰਕਾਰ ਮੇਰੇ ਨਾਲ ਖੜੂਗੀ। ਮੈਨੂੰ ਭਗਵੰਤ ਮਾਨ ਤੇਰੀਆਂ ਇਹ ਗਿੱਦੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ, ਉਹ ਤੂੰ ਮੇਰਾ ਘਰ ਉਜਾੜਤਾ ਸਾਰਾ। ਉਹ ਤੁਸੀਂ ਮਾਰ ਕੇ ਗੋਲੀਆਂ 2.5 ਘੰਟਿਆਂ ਤੱਕ ਕਿਸੇ ਨਾਕੇ 'ਤੇ ਪੁਲਿਸ ਕਰਮਚਾਰੀ ਖੜ੍ਹਾ ਨਹੀਂ ਕੀਤਾ। ਉਹ ਤੁਸੀਂ ਕਹਿੰਦੇ ਹੋ ਲਾਰੈਂਸ ਨੇ ਅਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ, ਸਾਡਾ ਮੂਸਿਆਂ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ। ਜਿੱਦੇ ਮਾਨਸਾ ਕਸਟਡੀ ਦੇ ਵਿੱਚ ਜੱਗੂ ਲਿਆਂਦਾ, ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮੈਰੀਕਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇਵਾਲਾ ਮਾਰਿਆ ਤਾਂ ਅਸੀਂ, ਉਹ ਲਾਰੈਂਸ ਦੀ ਹੈਪ ਲਈ ਜਾਂਦਾ, ਮਸ਼ਹੂਰੀ ਲਾਰੈਂਸ ਕੱਟੀ ਜਾਂਦਾ। ਮੈਂ ਕਿਹਾ ਕੀ ਹੈ, ਤੁਸੀਂ ਕਹਿੰਦੇ ਜੇਲ੍ਹਾਂ 'ਚ ਫੋਨ ਨਹੀਂ, ਫੋਨ ਤਾਂ ਤੁਹਾਡੀ CI ਦੀ ਕਸਟਡੀ ਦੇ ਵਿੱਚ ਵੀ ਇੱਕ ਅਮਰੀਕਾ ਕਰੀ ਜਾਂਦਾ। ਉਹ ਜਿਹੜੇ ਅਫਸਰ ਨੂੰ ਮੈਂ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਣ ਕੇ ਦੇਊਗਾ, ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤੱਕ ਮੁਹੱਈਆ ਕਰਾਈਆਂ ਆਪਦੀ ਰਿਹਾਇਸ਼ ਦੇ ਉੱਤੇ, ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ? ਵੀਰੋ ਮੈਂ ਬੇਵਕੂਫ ਹਾਂ, ਮੈਂ ਕਦੋਂ ਮੈਂ ਮੰਨਦਾ? ਤੁਸੀਂ ਚੰਦ ਵੋਟਾਂ ਦੀ ਖਾਤਰ ਰਾਜਨੀਤਿਕ ਗਲਿਆਰਿਆਂ 'ਚ ਜਾਣਾ, ਵੀਰੋ ਜੀ ਸਦਕੇ ਜਾਓ। ਮੈਂ ਕਿਹਨੂੰ ਥਾਪੜਾ ਦੇਵਾਂ, ਕਿਹਨੂੰ ਨਾ ਦੇਵਾਂ, ਮੇਰਾ ਕੀ ਮਤਲਬ? ਮੈਂ ਕੌਣ ਹਾਂ ਯਾਰ? ਮੈਂ ਇੱਕ ਛੋਟਾ ਜਿਹਾ ਸਰਪੰਚ ਹਾਂ ਇੱਕ ਪਿੰਡ ਦਾ। ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ, ਮੈਂ ਕਿਸੇ ਦਾ ਕੀ ਔਕਾਤ ਹੈ ਮੇਰੀ? ਮੇਰਾ ਤਾਂ ਆਪਣਾ ਵੀ ਉਜੜਿਆ ਪਿਆ। ਤੁਸੀਂ ਮੈਨੂੰ ਟੈਗ ਨਾ ਦਿਓ, ਠੀਕ ਹੈ, ਮੇਰਾ ਸੰਘਰਸ਼ ਕਦੇ ਕਹੂਗਾ। ਆ ਜਵਾਕ ਮੈਨੂੰ ਆ ਕੇ ਕਹਿਣਗੇ ਵੀ ਬਾਪੂ ਆ ਕੰਮ ਕਰਨਾ, ਹੋ ਸਕਦਾ ਮੈਂ ਕਰ ਲਾਂ, ਪਰ ਯਾਰ ਤੁਸੀਂ ਮੇਰੇ ਮੂੰਹ 'ਚ ਗੱਲਾਂ ਕਾਹਤੋਂ ਥੁੰਨੀ ਜਾਂਦੇ ਹੋ? ਮੇਰੇ ਕੋਲ ਜਾਣਕਾਰੀ ਦਾ ਸੋਮਾ ਕੀ ਹੈ? ਆਹ ਸੋਸ਼ਲ ਮੀਡੀਆ, ਕੋਈ ਯੂਟਿਊਬ 'ਤੇ ਵੀਡੀਓ ਪਾ ਦਿੰਦਾ, ਉਹ ਵੇਖ ਲੈਂਦਾ। ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਵੀ ਕੋਈ ਗੱਲ ਸੱਚੀ ਹੈ ਜਾਂ ਝੂਠੀ ਹੈ। ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਇਕੱਲੇ ਦੀ, ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਇਕੱਲੇ ਆਪਦੇ ਪੁੱਤ ਦੀ ਲੱਗੀ, ਹੋਰ ਕਿਸੇ ਦਾ ਕੋਈ ਮਸਲਾ ਨਹੀਂ, ਇਹ ਨਹੀਂ ਗੱਲ ਕਿਸੇ ਦੀ ਗੱਲ ਕਰ, ਫਿਰ ਨਹੀਂ ਮਾਨ। ਜੇ ਮੈਂ ਕਿਸੇ ਦੀ ਗਾਹੇ ਵਗਾਹੇ ਜ਼ਿਕਰ ਕਰ ਲੈਂਦਾ ਫੇਲ ਕਹਿੰਦਾ ਇਹ ਬੇਵਕੂਫ ਹੈ। ਸੋ ਭਾਈ ਮੈਨੂੰ ਮੇਰੇ ਹਾਲ 'ਤੇ ਛੱਡ ਦਿਓ। ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਤਾ, ਪਰੰਤੂ ਜਿਹੜੇ ਜਵਾਕ ਜਿਹੜੇ NRI ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ, ਮੇਰੇ ਕੋਲ ਦੁਖੀ ਮਨ ਨਾਲ ਆਉਂਦੇ ਆ, ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਮੈਂ ਬਹਿ ਜਾ ਅੰਦਰ, ਉਹ ਮੇਰੇ ਕੋਲ ਆਉਣਗੇ, ਮੈਂ ਉਹਨਾਂ ਕੋਲ ਜਾਊਂਗਾ। ਅਤੇ ਤੁਸੀਂ ਗਲਤ ਅੰਦਾਜ਼ ਲਾਉਣੇ ਛੱਡ ਦਿਓ, ਤੁਸੀਂ ਰਾਜਨੀਤਿਕੀਆਂ ਕਰਨੀਆਂ, ਕਿਤੋਂ MP ਖੜ੍ਹੇ ਹੋਣਾ, ਕਿਤੋਂ MLA ਹੋਣਾ, ਜੀ ਸਦਕੇ ਉਹ ਮੈਦਾਨ ਤੁਹਾਡੇ ਸਾਹਮਣੇ ਖਾਲੀ ਪਏ। ਮੈਨੂੰ ਮੇਰੇ ਹਾਲ 'ਤੇ ਛੱਡ ਦਿਓ, ਮੇਰੇ 'ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ। ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਕਦੇ, ਜਦਕਿ ਮੈਂ ਦੁਖੀ ਮਨ ਦੇ ਵਿੱਚ, ਮੇਰਾ ਮਨ ਕਈ ਵਾਰੀ ਇੰਨਾ ਜ਼ਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਦਾ ਪਾਗਲ ਹੋ ਜਾ ਮੈਂ, ਹੋਇਆ ਹੀ ਪਿਆ ਇੱਦਾਂ ਤਾਂ। ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ, ਤੁਹਾਨੂੰ ਮੇਰਾ ਪਰਿਵਾਰ
ਸ਼ੁਭਦੀਪ ਦੇ ਜਿਉਂਦੇ ਜੀ ਵੀ ਪ੍ਰੋਡਕਟ ਸੀ, ਅੱਜ ਵੀ ਇੱਕ ਪ੍ਰੋਡਕਟ ਹੀ ਹੈ। ਤੁਸੀਂ ਸਾਨੂੰ ਯੂਜ਼ ਕਰਨਾ ਚਾਹੁੰਦੇ ਹੋ, ਇੰਨੀ ਕੁ ਸਮਝ ਮੈਨੂੰ ਵਾਹਿਗੁਰੂ ਨੇ ਦਿੱਤੀ ਹੋਈ ਹੈ, ਮੈਂ ਉੱਥੋਂ ਯੂਜ਼ ਨਹੀਂ ਹੋਣਾ। ਬਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰ ਬੈਠਣ ਦਿਓ, ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ। ਕਿਉਂ ਕਿ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਵੀ ਮੈਂ ਆਹ ਕਰੂੰਗਾ, ਮੈਂ ਆਹ ਕਰੂੰਗਾ, ਮੈਨੂੰ ਕਿਉਂ ਲੋੜ ਹੈ ਦੱਸਣ ਦੀ? ਨਹੀਂ ਮਨ ਮਨਿਆ ਮੈਂ ਨਹੀਂ ਜਾਂਦਾ, ਆਪਦੇ ਘਰ ਬੈਠੂੰਗਾ। ਤੁਹਾਡੇ ਕੋਲ ਵੀ ਹੱਕ ਹੈ, ਮੇਰੇ ਕੋਲ ਵੀ ਹੱਕ ਹੈ। ਕਿਉਂ ਐਕਸਪੈਕਟ ਕਰਦੇ ਹੋ ਵੀ ਮੈਂ ਹਰੇਕ ਚੀਜ਼ ਤੁਹਾਨੂੰ ਦੱਸ ਕੇ ਕਰਾਂ? ਮੈਂ ਘਰ ਤੋਂ ਇੱਕ ਕਦਮ ਚੱਲਦਾ ਯਾਰ, ਤੁਹਾਡਾ ਪਹਿਲਾਂ ਪਤਾ ਲੱਗਿਆ ਵੀ ਇਹ ਫਲਾਨੀ ਜਗ੍ਹਾ 'ਤੇ ਜਾਊਗਾ। ਤੁਸੀਂ ਮੈਨੂੰ 5 ਕਿਲੋਮੀਟਰ ਘਰੋਂ ਪੈਦਲ ਜਾਵਾਂ, ਗੱਡੀ 'ਤੇ ਜਾਵਾਂ, ਮੈਨੂੰ ਸਫ਼ਰ ਨਹੀਂ ਕਰਨ ਦਿੰਦੇ, ਤੁਹਾਨੂੰ ਸਾਰਾ ਪਤਾ ਹੁੰਦਾ ਮੈਂ ਕਿੱਥੇ ਜਾ ਕੇ ਰੁਕਣਾ। ਅਤੇ ਲੋਰੈਂਸ ਵੀਰ ਨੇ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰੀ ਉਹਦੀ ਟੀਮਾਂ, ਤੁਹਾਨੂੰ ਪਤਾ ਨਹੀਂ ਲੱਗਿਆ? ਹੁਣ ਮੇਰੇ 'ਤੇ CID ਲਾਉਣ ਦਾ ਕੀ ਫਾਇਦਾ? ਮੈਨੂੰ ਕਾਹਦੇ ਲਈ ਬੰਨਿਆ? ਮੇਰੇ ਕੋਲ ਆਹੀ ਹੈ, ਮੈਨੂੰ 4 ਦਿਨ ਯਾਰ ਯਾਦੀ 'ਚ ਸਾਹ ਤਾਂ ਲੈ ਲੈਣ ਦਿਓ।